ਪੰਚਾਇਤੀ ਚੋਣਾਂ ਦਾ ਅੱਜ ਵੋਟਾਂ ਦਾ ਦਿਨ ਸੀ ਬਾਦਲ ਪਰਿਵਾਰ ਬਾਦਲ ਪਿੰਡ ਦੇ ਵਿੱਚ ਵੋਟ ਪਾਣ ਗਿਆ ਤਾਂ ਪੰਜਾਬ ਦੀ ਸਿਆਸਤ ਨੇ ਅੱਜ ਬੜੇ ਚਿਰ ਬਾਅਦ ਇੱਕ ਵੱਖਰੀ ਤਸਵੀਰ ਦੇਖੀ ਹੈ ਹਰਸਿਮਰਤ कौर ਬਾਦਲ ਸਾਡੇ ਨਾਲ ਨੇ ਹਰਸਿਮਰਤ ਜੀ ਪੰਜਾਬ ਦੀ ਸਿਆਸਤ ਨੇ ਬੜੇ ਦੇਰ ਬਾਅਦ ਇਹ ਤਸਵੀਰ ਦੇਖੀ ਹੈ ਬਾਦਲ ਸਾਹਿਬ ਤੁਸੀਂ ਜਦੋਂ ਵੋਟ ਪਾ ਰਹੇ ਸੀਗੇ ਉੱਥੇ ਜਦੋਂ ਮੱਥਾ ਟੇਕਿਆ ਨਵੀਆਂ ਤਸਵੀਰਾਂ ਪੰਜਾਬ ਵਾਸਤੇ ਸੀਗੀਆਂ ਨੇ ਵੋਟ ਤਾਂ ਅਸੀਂ ਹਰ ਵੋਟ ਹਰ ਇਲੈਕਸ਼ਨ ਚ ਪਾਨਈ ਆ ਜੋ ਨਵੀਂ ਤਸਵੀਰ ਤਾਂ ਕੋਈ ਅਜਿਹੀ ਨਹੀਂ ਵੋਟ ਪਾਣ ਵਾਸਤੇ ਜਾਂਦਾ ਸਾਰਾ ਪਰਿਵਾਰ ਜਾਂਦਾ ਹੈ ਵਰਦਾਸ ਬਾਦਲ ਨੂੰ ਜਦੋਂ ਮੈਂ ਗੱਲ ਕਰ ਰਿਹਾ ਜਦੋਂ ਮਿਲੇ ਹੋ ਪਰਿਵਾਰ ਮਿਲਿਆ ਦੁਬਾਰਾ ਮੁਲਾਕਾਤ ਹੋਈ ਹੈ ਉਸ ਨਵੀਂ ਤਸਵੀਰ ਦੀ ਗੱਲ ਕਰ ਰਿਹਾ ਹਾਂ ਜੀ ਇਹ ਕੁਦਰਤੀ ਹੋਇਆ ਕਿ ਉਹ ਨਿਕਲ ਰਹੇ ਸੀ ਤੇ ਅਸੀਂ ਅੰਦਰ ਜਾ ਰਹੇ ਸੀ ਅਕਸਰ ਛੋਟਾ ਜਿਹਾ ਪਿੰਡ ਹੈ ਰਿਸ਼ਤੇਦਾਰ ਤਾਂ ਮਿਲੀ ਜਾਂਦੇ ਨੇ ਅੱਜ ਦਾਸੀ ਦੇ ਮੁਲਾਕਾਤ ਹੋ ਗਈ ਤੇ ਉਹਨਾਂ ਦਾ ਆਸ਼ੀਰਵਾਦ ਵੀ ਲੱਤਾ ਹਾਲਚਾਲ ਵੀ ਪੁੱਛਿਆ ਮੈਂ ਤਾਂ ਕਰਿਆ ਕਿ ਉਹਨਾਂ ਨੂੰ ਬੇਨਤੀ ਕੀਤੀ ਸੀ ਆ ਕੇ ਰੋਟੀ ਸਾਡੇ ਨਾਲ ਖਾਓ ਸੋ ਚੰਗੀ ਗੱਲ ਹੈ ਜਿਹੜਾ ਮੁਲਾਕਾਤ ਹੋ ਗਈ ਕਿਉਂਕਿ ਪੰਜਾਬ ਦੇ ਲੋਕ ਹੁਣ ਇਹ ਸੋਚਦੇ ਆ ਸ਼ਾਇਦ ਬਾਦਲ ਪਰਿਵਾਰ ਦੇ ਵਿੱਚ ਆਪਸੀ ਪਿਆਰ ਤੋਂ ਬਾਅਦ ਕਿਤੇ ਦੁਸ਼ਮਣੀ ਹੋ ਗਈ ਹੈ ਮਨਪ੍ਰੀਤ ਬਾਦਲ ਜਿਸ ਤਰ੍ਹਾਂ ਦੇ ਸਟੇਜਾਂ ਤੋਂ ਬਿਆਨ ਦਿੰਦੇ ਨੇ ਇਹ ਕਿਹਾ ਜਾਂਦਾ ਹੈ ਕਿ ਹੁਣ ਉਹ ਨੇੜਤਾ ਸੀਗੀ ਜਿਹੜੀ ਉਹ ਦੂਰੀ ਦੇ ਵਿੱਚ ਬਦਲੀ ਗਈ ਹੈ ਮਨਪ੍ਰੀਤ ਜੀ ਦਾ ਤਾਂ ਮੈਂ ਕਹਿ ਰਹੀ ਸਕਦੀ ਲੇਕਿਨ ਦਾਸ ਜੀ ਦੇ ਨਾਲ ਤਾਂ ਪਹਿਲੇ ਵੀ ਪਿਆਰ ਸੀਗਾ ਤੇ ਹੁਣ ਵੀ ਹੈਗਾ ਸਾਡੇ ਬਜ਼ੁਰਗ ਨੇ ਬਾਦਲ ਸਾਹਿਬ ਦੇ ਬਹੁਤ ਹੀ ਨੇੜੇ ਹਨ ਤੇ ਇੱਥੇ ਆਂਦੇ ਜਾਂਦੇ ਰਹਿੰਦੇ ਨੇ ਸੋ ਦਾਸ ਜੀ ਦੇ ਨਾਲ ਤਾਂ ਕੋਈ ਨਹੀਂ ਹਾਂ ਇਹ ਜ਼ਰੂਰ ਹੈ ਕਿ ਸਿਆਸੀ ਸੋਚ ਬਦਲ ਗਈ ਹੈਗੀ ਦੋਨੋਂ ਮਨਪ੍ਰੀਤ ਜੀ ਤੇ ਬਲਸ ਦਾਸ ਜੀ ਦੋਨੋਂ ਹੀ ਅਕਾਲੀ ਦਲ ਦੇ ਧਰੋਂ ਜੰਮੇ ਅਕਾਲੀ ਹੈਗੇ ਤੇ ਅਕਾਲੀ ਦਲ ਚ ਸੀਗੇ ਮੇਰੇ ਖਿਆਲ ਦਾਸ ਜੀ ਤਾਂ ਹੁਣ ਵੀ ਅਕਾਲੀ ਹਨ ਲੇਕਿਨ ਮਨਪ੍ਰੀਤ ਨੇ ਆਪਣੀ ਵਿਚਾਰਧਾਰਾ ਬਦਲ ਕੇ ਕਿਸੇ ਹੋਰ ਪਾਰਟੀ ਤੇ ਪਹਿਲੇ ਪੀਪੀ ਤੇ ਹੁਣ ਕਾਂਗਰਸ ਤੇ ਉਹਨਾਂ ਨੇ ਵਿਚਾਰਤਾ ਰ ਉਹਨਾਂ ਦੀ ਬਦਲਦੀ ਰਹਿੰਦੀ ਹੈਗੀ ਸੋ ਅਸੀਂ ਪੋਲਿਟੀਕਲ ਰਾਈਵਲਸ ਹੋ ਸਕਦੇ ਨੇ ਲੇਕਿਨ ਰਿਸ਼ਤੇਦਾਰ ਥੋੜੀ ਨਾ ਕੋਈ ਬੰਦਾ ਬਦਲ ਸਕਦਾ ਤੁਹਾਨੂੰ ਲੱਗਦਾ ਅਜ ਦਾਸਜੀ ਨੇ ਵੀ ਇਹ ਗੱਲ ਕਹੀ ਹੈ ਕਿ ਜੋ ਮਨਪ੍ਰੀਤ ਨੇ ਸਿੱਖਿਆ ਕਿ ਵੱਡੇ ਬਾਦਲ ਸਾਹਿਬ ਨੇ ਸਿਖਾਇਆ ਉਹ ਕਹਿੰਦੇ ਮੇਰੇ ਤੋਂ ਸਿਆਸਤ ਨਹੀਂ ਸਿੱਖੀ ਹੈਗੀ ਜੋ ਅੱਜ ਕਰ ਰਹੇ ਨੇ ਉਹ ਵੀ ਵੱਡੇ ਬਾਦਲ ਸਾਹਿਬ ਨੇ ਸਿਖਾਇਆ ਤੁਹਾਨੂੰ ਲੱਗਦਾ ਠੀਕ ਹੈ ਬਾਦਲ ਸਾਹਿਬ ਨੇ ਤਾਂ ਸਾਰੀ ਉਮਰ ਆਪਣੀ ਪਾਰਟੀ ਬਦਲੀ ਨਹੀਂ ਨਾ ਹੀ ਆਪਣੀ ਸੋਚ ਬਦਲੀ ਨਾ ਹੀ ਆਪਣੀ ਪਾਰਟੀ ਬਦਲੀ ਤੇ ਹਮੇਸ਼ਾ ਪਾਰਟੀ ਨੂੰ ਮਾਂ ਸਮਝ ਕੇ ਪਾਰਟੀ ਦਾ ਭਲਾ ਤੇ ਪੰਜਾਬ ਦੇ ਲੋਕਾਂ ਦਾ ਭਲਾ ਸਾਹਮਣੇ ਰੱਖਿਆ ਸੋ ਮੈਨੂੰ ਨਹੀਂ ਪਤਾ ਕਿਸ ਪੱਖੋਂ ਕਹਿ ਰਹੇ ਨੇ ਕਿਉਂਕਿ ਮਨਪ੍ਰੀਤ ਜੀ ਨੇ ਤਾਂ ਜਿਸ ਪਾਰਟੀ 'ਚ ਜੰਮੇ ਸੀ ਉਸ ਪਾਰਟੀ ਨੂੰ ਵੀ ਛੱਡਿਆ ਜਿਹੜੀ ਪਾਰਟੀ ਉਹਨਾਂ ਨੂੰ ਜਿਸ ਪਾਰਟੀ ਨੂੰ ਉਹਨਾਂ ਨੇ ਜਨਮ ਦਿੱਤਾ ਸੀ ਪੀਪੀਪੀ ਪਾਰਟੀ ਉਹਨੂੰ ਵੀ ਖਤਮ ਕਰਤਾ ਤੇ ਹੁਣ ਤੀਜੀ ਪਾਰਟੀ ਵਿੱਚ ਹਨ ਸੋ ਮੈਨੂੰ ਨਹੀਂ ਪਤਾ ਦਾਸ ਜੀ ਕਿਸ ਪੱਖੋਂ ਕਹਿ ਰਹੇ ਸੀ ਉਹ ਤੋਂ ਹੀ ਦੱਸ ਸਕਦੇ ਨੇ ਤੁਸੀਂ ਹੁਣ ਕਹਿ ਰਹੇ ਹੋ ਕਿ ਬਠਿੰਡਾ ਤੋਂ ਹੀ ਚੋਣ ਲੜੋਗੇ ਮਨਪ੍ਰੀਤ ਬਾਦਲ ਦੀ ਵੀ ਚਰਚਾ ਹੋ ਰਹੀ ਹੈ ਕਿ ਸ਼ਾਇਦ ਸੈਂਟਰ ਦੇ ਵਿੱਚ ਉਹਨਾਂ ਨੂੰ ਫਾਈਨਾਂਸ ਮਿਨਿਸਟਰੀ ਦੀ ਰਾਹੁਲ ਗਾਂਧੀ ਪਲੈਨਿੰਗ ਦੇ ਨਾਲ ਦੇਖ ਰਹੇ ਹੈਗੇ ਕਿਤੇ ਉਹ ਲੋਕ ਸਭਾ ਦੁਬਾਰਾ ਬਠਿੰਡਾ ਤੋਂ ਤੁਹਾਡੇ ਅਗੇਂਸਟ ਆ ਸਕਦੇ ਹਨ ਚਲੋ ਜੀ ਆਇਆ ਨੂੰ ਜੇ ਆਨ ਪਹਿਲੇ ਵੀ ਆਏ ਸੀਗੇ ਚਾਰ ਪਾਰਟੀਆਂ ਜੇ ਸਾਂਝੇ ਉਮੀਦਵਾਰ ਬਣ ਕੇ ਆਏ ਸੀਗੇ ਤੇ ਚਾਰ ਪਾਰਟੀਆਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਉਹਨਾਂ ਨੂੰ ਢਾਹਤਾ ਸੀ ਪਰਮਾਤਮਾ ਨੇ ਕਿਰਪਾ ਕੀਤੀ ਲੇਕਿਨ ਰੱਬ ਸੁਖ ਰੱਖੇ ਜਿਹੜੇ ਵਾਅਦੇ ਪੰਜਾਬ ਦੇ ਨਾਲ ਕੀਤੇ ਸੀਗੇ ਚੋਣ ਮੈਨੀਫੈਸਟੋ ਦੇ ਚੇਅਰਮੈਨ ਬਣ ਕੇ ਜਿਹੜੇ ਉਹਨਾਂ ਨੇ ਵੱਡੇ ਵੱਡੇ ਕਰਜ਼ਾ ਮਾਫੀ ਦੇ ਹਰ ਘਰ ਨੌਕਰੀ ਦੇ ਮੋਬਾਈਲ ਫੋਨ ਦੇ ਕੀ ਕੁਝ ਵਾਅਦੇ ਪੰਜਾਬ ਦੀ ਜਨਤਾ ਨੂੰ ਕੀਤੇ ਸੀ ਉਹ ਤਾਂ ਹਕੀਕਤ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਬ ਨਾ ਕਰੇ ਕਿ ਇਹੋ ਜਿਹਾ ਫਾਈਨੈਂਸ ਮਿਨਿਸਟਰ ਪਹਿਲੀ ਗੱਲ ਤਾਂ ਕਾਂਗਰਸ ਦੀ ਸਰਕਾਰ ਬਣਨੀ ਨਹੀਂ ਹੈਗੀ ਤੇ ਨਾ ਹੀ ਇਹ ਵਿੱਤ ਮੰਤਰੀ ਬਣਨ ਲੇਕਿਨ ਵਿੱਤ ਮੰਤਰੀ ਜੇ ਕਿੰਨੇ ਕਾਮਯਾਬ ਸੇ ਸਾਡੇ ਸਰਕਾਰ ਦੇ ਵੇਲੇ ਸਾਨੂੰ ਪਤਾ ਹੈ ਹੁਣ ਲੋਕੀ ਦੇਖ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਕੇਂਦਰ ਚ ਬਣ ਜਾਂਦੇ ਜਾ ਕੇ ਵਿੱਤ ਮੰਤਰੀ ਦੇਸ਼ ਨੂੰ ਰੱਬੀ بچਾ ਕੇ ਰੱਖੇ ਫੇਰ ਤਾਂ ਸਭ ਕੁਝ ਬੰਦ ਹੋ ਜਾ ਠੱਪ ਹੋ ਜਾਣਾ ਜੋ ਪੰਜਾਬ ਚ ਹੋਇਆ ਹੈ ਵਾਹ ਧੰਨਵਾਦ ਗੱਲਬਾਤ ਕਰਨ ਵਾਸਤੇ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਉਂਕਿ ਪੰਜਾਬ ਦੀ ਸਿਆਸਤ ਦਾ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਜਦੋਂ ਗੁਰਦਾਸ ਬਾਦਲ ਬਾਹਰ ਆ ਰਹੇ ਸੀ ਵੋਟ ਪਾ ਕੇ ਤਾਂ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਵੋਟ ਪਾਣ ਜਾ ਰਹੇ ਸੀ ਉਦੋਂ ਮੁਲਾਕਾਤ ਹੋਈ ਔਰ ਪੰਜਾਬ ਦੀ ਸਿਆਸਤ ਨੇ ਨਵੀਂ ਤਸਵੀਰ ਜ਼ਰੂਰ ਅੱਜ ਦੇਖੀ ਹੈ ਬੜੀ ਦੇਰ ਬਾਅਦ ਦੇਖੀ ਹੈ ਪਰ ਬਾਦਲ ਪਰਿਵਾਰ ਕਹਿ ਰਿਹਾ ਕਿ ਚੰਗੀ ਤਸਵੀਰ ਹੈ ਕੈਮਰਾ ਪਰਸਨ ਜਗਰੂਪ ਸਿੰਘ ਤੇ ਗगन ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਬਾਦਲ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978